ਡੈਪਲੀਕੇਸ਼ਨ ਗੋ ਗ੍ਰੀਨ ਇੰਟਰਨੈਸ਼ਨਲ ਸੰਸਥਾ ਵੱਲੋਂ ਅੰਤਰਰਾਸ਼ਟਰੀ ਮੇਰਾ ਰੱਖ ਮਨਾਉਣ ਸੰਬੰਧੀ ਪੋਸਟਰ ਕੀਤਾ ਰਿਲੀਜ਼ ਜਿਲ੍ਹਾ ਸੀਤਪਾ ਗਸੰਗ ਨਗਰ ਦੇ ਡੈਪਲੀਕੇਸ਼ਨ ਨਵਜੋਤ ਪਾਤ ਸੰਗ ਦੰਦਾਵਾ ਹੁਣਾ ਵੱਲੋਂ ਗੋ ਗ੍ਰੀਨ ਇੰਟਰਨੈਸ਼ਨਲ ਸੰਸਥਾ ਵੱਲੋਂ 14ਵਾਂ ਅੰਤਰਰਾਸ਼ਟਰੀ ਮੇਰਾ ਰੱਖ ਦਿਵਸ ਮਨਾਉਣ ਸੰਬੰਧੀ ਇੱਕ ਪੋਸਟਰ ਜਾਰੀ ਕੀਤਾ ਇਸ ਮੌਕੇ ਵਧੀਕ ਡੈਪਲੀਕੇਸ਼ਨ ਜਨਰਲ ਰਾਜੀਵ ਬਰਮਾ ਗੋ ਗ੍ਰੀਨ ਇੰਟਰਨੈਸ਼ਨਲ ਸੰਸਥਾ ਦੇ ਸੰਸਥਾਪਕ ਅਸ਼wini ਜੋਸ਼ੀ ਅਤੇ ਵਾਤਾਵਰਣ ਪ੍ਰੇਮੀ ਅੰਕੁਸ਼ ਨਜਾਵਨ ਹੁਣੇ ਮੌਜੂਦ ਰਹੇ ਇਹ ਦਰਾਨ ਡੈਕਲਰੇਸ਼ਨ ਕਿ ਹਰ ਵਿਅਕਤੀ ਨੂੰ ਰੁੱਖਾਂ ਨਾਲ ਜੋੜਦੇ ਉਪਰਾਲੇ ਵਜੋਂ ਗੋ ਗ੍ਰੀਨ ਇੰਟਰਨੈਸ਼ਨਲ ਸੰਸਥਾ ਦੀ ਸਥਾਪਨਾ 30 ਜੁਲਾਈ ਨੂੰ 14ਵੇਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਸਾਰਿਆਂ ਨੂੰ ਪੌਦੇ ਲਗਾਉਣ ਤੇ ਸਾਂਭ ਸੰਭਾਲ ਸੰਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ ਉਨ੍ਹਾਂ ਨੇ ਅਪੀ ਲਈ ਇੱਕ ਪੋਸਟਰ ਵੀ जारी ਕੀਤਾ ڈپਟੀ ਕੂਸ਼ਨ ਨੇ ਜ਼ਿਲ੍ਹੇ ਦੀਆਂ ਸਮੂਹ ਸੰਸਥਾਵਾਂ ਨਾਗਰਿਕਾਂ ਤੇ ਸਟਾਫ ਅਤੇ ਸਕੂਲਾਂ ਦੇ ਬੱਚਿਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ప్రతి ਵਿਅਕਤੀ ਘੱਟੋ-ਘੱਟ ਦੋ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਇਨਕਲਾਬੀ ਉਪਰਾਲੇ ਕਰਨ ਉਨ੍ਹਾਂ ਕਿਹਾ ਕਿ ਇਹ ਰੁੱਖ ਦਵਸ ਨਿਸ਼ਚਿਤ ਤੌਰ ਤੇ ਹਰੇਕ ਜੀਵ ਨੂੰ ਰੁੱਖ ਨਾਲ ਜੋੜਦਾ ਹੈ ਤੇ ਮਾਨ ਵਾਲੀ ਗੱਲ ਹੈ ਜੋ ਸਮੇਂ ਦੇ ਨਾਲ ਲਗਾਤਾਰ ਲੋਕ ਲਹਿਰ ਵੱਲ ਵਧ ਰਹੇ ਹਨ ਇਸ ਮੌਕੇ ਤੇ ਅਸ਼ਵਨੀ ਜੋਸ਼ੀ ਅਤੇ ਅੰਕੁਸ਼ ਨਜਾਬਨ ਹੁਣਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ